ਐਸਾ ਕਿ ਇਹਦੇ ਤੇ ਕੋਈ ਕਿੰਤੂ ਪਰੰਤੂ ਕਰਨ ਦਾ ਤੇ ਵਿਸ਼ਾ ਹੀ ਨਹੀਂ ਹੈ। ਲੋਕਤੰਤਰ ਦੀ ਖੂਬਸੂਰਤੀ ਹੈ ਕਿ ਲੋਕੀ ਤੈਅ ਕਰਦੇ ਨੇ ਕਿ ਸਾਨੂੰ ਕਿਹਦੀ ਸਰਕਾਰ ਚਾਹੀਦੀ ਹੈ। ਪੰਜਾਬ ਦੀ ਜਨਤਾ ਨੇ ਫਤਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਦਿੱਤਾ, ਇਹਦੇ ਲਈ ਆਮ ਆਦਮੀ ਪਾਰਟੀ ਨੂੰ ਵੀ ਮੁਬਾਰਕਾਂ ਔਰ ਭਗਵੰਤ ਮਾਨ ਸਿੰਘ ਨੂੰ ਵੀ ਮਾਨ ਜੀ ਨੂੰ ਵੀ ਸ਼ੁਭਕਾਮਨਾਵਾਂ ਹੈਗੀਆਂ। ਭਗਵੰਤ ਮਾਨ ਜੀ ਨੂੰ ਜਿੱਥੇ ਪਾਰਟੀ ਸ਼ੁਭਕਾਮਨਾ ਦਿੰਦੀ ਹੈ ਔਰ ਜਿੱਥੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹਨੂੰ ਸਵੀਕਾਰ ਕਰਦੀ ਹੈ ਔਰ ਭੂਮਿਕਾਵਾਂ ਰਾਜਨੀਤੀ ਦੇ ਅੰਦਰ ਬਦਲਦੀਆਂ ਰਹਿੰਦੀਆਂ। ਅੱਜ ਭਾਰਤੀ ਜਨਤਾ ਪਾਰਟੀ ਨੇ ਬੜੀ ਦੇਰ ਬਾਅਦ ਆਪਣੇ ਵੱਡੇ ਹਿੱਸੇਦਾਰੀ ਦੇ ਅੰਦਰ ਚੋਣਾਂ ਲੜਿਆ ਔਰ ਉਹਦੇ ਅੰਦਰ ਆਪਣੇ ਕਾਰਜਕਰਤਾ ਨੇ ਵਿਪਰੀਤ ਪ੍ਰਸਥਿਤੀਆਂ ਦੇ ਅੰਦਰ ਵੀ, ਆਪ ਸਭ ਜਾਣਦੇ ਹਾਂ ਕਿ ਇੱਕ ਸਾਲ ਕਿਸ ਪ੍ਰਕਾਰ ਦਾ ਪੰਜਾਬ ਦਾ ਵਾਤਾਵਰਣ ਰਿਹਾ, ਉਹਦੇ ਬਾਵਜੂਦ ਵੀ ਪਾਰਟੀ ਦੇ ਝੰਡੇ ਨੂੰ ਬੁਲੰਦ ਰੱਖਿਆ ਔਰ ਇਹਨਾਂ ਚੋਣਾਂ ਦੇ ਅੰਦਰ ਘੱਟ ਸਮੇਂ ਦੇ ਅੰਦਰ ਵੀ ਨਾ ਜੋਸ਼ 'ਚ ਕਮੀ ਸੀ ਨਾ ਕੰਮ ਕਰਨ ਦੀ ਗਤੀ 'ਚ ਕੋਈ ਕਮੀ ਆਣ ਦਿੱਤੀ ਔਰ ਚੋਣਾਂ ਲੜਿਆ। ਜਨਤਾ ਦਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਆਇਆ, ਅਸੀਂ ਉਹਨਾਂ ਨੂੰ ਸ਼ੁਭਕਾਮਨਾ ਤਾਂ ਦਿੱਤੀਆਂ, ਨਾਲ ਜਿਹੜੀ ਭੂਮਿਕਾ ਸਾਨੂੰ ਲੋਕਾਂ ਨੇ ਦਿੱਤੀ ਹੈ, ਅੱਜ ਪੰਜਾਬ ਦੇ ਅੰਦਰ ਸਾਡੀ ਪਹਿਰੇਦਾਰ ਦੀ ਭੂਮਿਕਾ, ਸਾਡੀ ਨਜ਼ਰ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਪੰਜਾਬ ਨੂੰ 6, ਉਹਨਾਂ 'ਤੇ ਨਜ਼ਰ ਲੱਗੀ ਰਹੇਗੀ। ਔਰ ਬੀਜੇਪੀ ਕਿਉਂਕਿ ਇਹ ਸੀਮਾਵਰਤੀ ਪ੍ਰਦੇਸ਼ ਹੈ, ਇੱਥੋਂ ਦਾ ਅਮਨ, ਇੱਥੋਂ ਦੀ ਸ਼ਾਂਤੀ, ਇੱਥੋਂ ਦਾ ਭਾਈਚਾਰਾ ਔਰ ਪੰਜਾਬੀਅਤ ਮਜ਼ਬੂਤ ਰਹੇ, ਇਹਦੇ ਉੱਤੇ ਪਹਿਰਾ ਦੇਗੀ। ਸ਼ਰਮਾ ਜੀ, ਕੀ ਕਾਰਨ ਮੰਨਦੇ ਹੋ ਕਿ ਸਿਰਫ 2 ਹੀ ਸੀਟਾਂ ਹਾਸਿਲ ਹੋ ਪਾਈਆਂ, ਕਿੱਥੇ ਲੈ ਕਿੱਥੇ ਰਹੇਗਾ? ਐਸਾ ਹੈ ਕਿ ਜਦ ਤੱਕ ਸਵਾਲ ਬੀਜੇਪੀ ਦਾ, ਬੀਜੇਪੀ ਲਈ ਇੱਕ ਨਵੀਂ ਸ਼ੁਰੂਆਤ ਸੀ। ਅਸੀਂ ਪਹਿਲਾਂ ਭਾਈਵਾਲੀ 'ਚ ਲੜਦੇ ਰਹੇ ਹਾਂ, ਪਾਰਟੀ ਨੇ ਇਸ ਵਾਰੀ ਵੱਡੀ ਹਿੱਸੇਦਾਰੀ 'ਚ ਚੋਣਾਂ ਲੜਿਆ ਔਰ ਪਿੱਛੇ ਅੰਦੋਲਨ ਦੇ ਅੰਦਰ ਵੀ ਜਿਸ ਪ੍ਰਕਾਰ ਦਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਸਾਰੀਆਂ ਚੀਜ਼ਾਂ ਸੀ। ਲੇਕਿਨ ਉਹਦੇ ਬਾਵਜੂਦ ਵੀ ਮੈਨੂੰ ਐਸਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਇੱਥੋਂ ਦੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਤੋਂ ਮੋਹ ਭੰਗ ਹੋਇਆ ਹੋਇਆ ਸੀ ਔਰ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਆਮ ਆਦਮੀ ਪਾਰਟੀ ਇੱਕ ਵਿਕਲਪ ਹੋ ਸਕਦੀ ਹੈ ਰਵਾਇਤੀ ਪਾਰਟੀਆਂ ਦਾ, ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ। ਕਾਰਨ ਇਹ ਹੈ ਕਿ ਅਸੀਂ ਹਿੱਸੇਦਾਰੀ 'ਚੋਂ ਚੋਣਾਂ ਲੜਦੇ ਰਹੇ, ਇਸ ਕਰਕੇ ਲੱਗਦਾ ਕਿ ਜਨਤਾ ਨੂੰ ਇਹ ਲੱਗਿਆ ਕਿ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਚੁਣਨਾ। ਲੇਕਿਨ ਅੱਜ ਪੰਜਾਬ ਦੀ ਪਹਿਲੀ ਪਸੰਦ ਭਾਰਤੀ ਜਨਤਾ ਪਾਰਟੀ ਬਣੇਗੀ, ਜਦੋਂ ਵੀ ਬਣੇਗੀ ਦਾਅਵਾ ਕਰਦੇ ਨਾ, ਬਿਲਕੁਲ ਅੱਜ ਮੈਦਾਨ ਖਾਲੀ ਹੈ ਨਾ। ਅੱਜ ਉਹਨਾਂ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਵਿਕਲਪ ਦੇ ਰੂਪ 'ਚ ਆਏਗੀ ਔਰ ਤੁਸੀਂ 2024 'ਚ ਦੇਖਣਾ, 2024 'ਚ ਦੇਖਣਾ, ਅਸੀਂ ਲਗਭਗ 73 ਸੀਟਾਂ 'ਤੇ ਸਿੰਬਲ 'ਤੇ ਚੋਣਾਂ ਲੜੇ ਹਾਂ ਔਰ 10% ਤੋਂ ਜ਼ਿਆਦਾ ਲੋਕਾਂ ਨੇ, 10 ਲੱਖ ਲੋਕਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ। ਇਹਦਾ ਮਤਲਬ ਬੀਜੇਪੀ ਦੇ ਅੰਦਰ ਵਿਸ਼ਵਾਸ ਲੋਕਾਂ ਨੇ ਪ੍ਰਗਟ ਕੀਤਾ ਔਰ ਜਿਹੜੀ ਭੂਮਿਕਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਜੇ ਤਾਂ ਸ਼ੁਭਕਾਮਨਾ ਹੀ ਹੈ, ਅਸੀਂ ਉਹਨਾਂ ਨੂੰ ਸਮੇਂ ਵੀ ਦੇਵਾਂਗੇ ਗਰੰਟੀਆਂ ਪੂਰੀਆਂ ਕਰਨ ਦਾ, ਲੇਕਿਨ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਜੋ ਉਹਨਾਂ ਦੀ ਹੋਈ ਹੈ ਉਹਨੂੰ ਉਹ ਪੂਰੀ ਕਰੇ ਸਰਕਾਰ, ਇਹਦੇ 'ਤੇ ਸਾਡੀ ਪੈਣੀ ਨਜ਼ਰ ਰਹੇਗੀ। ਸ਼ਰਮਾ ਜੀ, ਤੁਸੀਂ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਇਸ ਵਾਰ ਜਾਣਾ ਹੈ, ਵਿਧਾਨ ਸਭਾ ਦੇ ਅੰਦਰ ਕੀ ਰੂਪ ਰੇਖਾ ਤੁਸੀਂ ਪਹਿਲਾਂ ਹੀ ਲੇਖੀ ਬੈਠੇ ਉਹਨਾਂ ਨੂੰ? ਐਸਾ, ਮੈਂ ਪਹਿਲਾਂ ਵੀ 12 ਤੋਂ ਲੈ ਕੇ 17 ਤੱਕ ਵਿਧਾਨ ਸਭਾ ਦਾ ਹਿੱਸਾ ਰਿਹਾ ਔਰ ਪਠਾਨਕੋਟ ਦੀ ਜਨਤਾ ਨੇ ਇਸ ਵਾਰੀ ਫਿਰ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਮੇਰੀ ਆਪਣੀ ਵਿਧਾਨ ਸਭਾ ਨੂੰ ਲੈ ਕੇ ਅਲੱਗ ਤਰ੍ਹਾਂ ਦੀ ਭੂਮਿਕਾ ਔਰ ਪੰਜਾਬ ਨੂੰ ਲੈ ਕੇ ਅਲੱਗ ਤਰ੍ਹਾਂ ਦੀ ਭੂਮਿਕਾ ਜਿਹੜੀ ਹੈ ਰਹਿਣ ਵਾਲੀ ਹੈ, ਲੇਕਿਨ ਦੋਨਾਂ ਦਾ ਅਰਥ ਇਹੀ ਹੈ ਕਿ ਮੇਰੇ ਪੰਜਾਬ ਦੀ ਬਿਹਤਰੀ ਹੋਏ, ਮੇਰੇ ਸ਼ਹਿਰ ਦੀ ਬਿਹਤਰੀ ਹੋਏ, ਮੇਰੇ ਪੰਜਾਬ ਦਾ ਅਮਨ, ਸ਼ਾਂਤੀ, ਭਾਈਚਾਰਾ ਜਿਹੜਾ ਉਹ ਮਜ਼ਬੂਤ ਹੋਏ ਔਰ ਪੰਜਾਬੀਅਤ ਜਿਹੜੀ ਹੈ ਉਹ ਖੁਸ਼ਬੂ ਖਲੇਰੇ, ਇਹਨੂੰ ਲੈ ਕੇ ਹੀ ਆਪਾਂ ਕਰਾਂਗੇ ਔਰ ਜਨ ਹਿੱਤ ਦੇ ਅੰਦਰ, ਜਨ ਕਲਿਆਣ ਦੇ ਅੰਦਰ ਪੋਜ਼ਿਟਿਵ ਰਾਜਨੀਤੀ ਵੀ ਕਰਾਂਗੇ। ਜੇ ਕੋਈ ਪੰਜਾਬੀਆਂ ਦੇ ਹਿੱਤ ਦਾ ਮਾਮਲਾ ਹੋਏਗਾ, ਜਿਹਦੇ ਨਾਲ ਮੇਰੇ ਪੰਜਾਬ ਦੇ ਨੂੰ ਲਾਭ ਹੋਏਗਾ, ਮੇਰੇ ਪੰਜਾਬੀਆਂ ਨੂੰ ਲਾਭ ਹੋਏਗਾ, ਸਕਾਰਾਤਮਕ ਭੂਮਿਕਾ ਰਹੇਗੀ, ਲੇਕਿਨ ਗਰੰਟੀਆਂ ਦੇ ਉੱਤੇ ਨਜ਼ਰ ਜ਼ਰੂਰ ਰਹੇਗੀ। ਸ਼ਰਮਾ ਜੀ, ਤੁਸੀਂ ਕਿਹਾ ਵੀ ਪਹਿਲਾਂ ਹਿੱਸੇਦਾਰੀ 'ਚ ਬੀਜੇਪੀ ਹਮੇਸ਼ਾ ਚੋਣ ਲੜਦੀ ਸੀ, ਇਸ ਵਾਰ ਤੁਸੀਂ ਆਪਣੇ ਬਲਬੂਤੇ 'ਤੇ ਲੜੇ ਹੋ, ਪਰ ਜਿਹੜੇ ਰਿਜ਼ਲਟਸ ਆਏ ਨੇ ਇੰਨੇ ਕਦੇ ਮਾੜੇ ਨਹੀਂ ਰਹੇ, ਸੋ ਦੁਬਾਰਾ ਅਲਾਇੰਸ ਕਰਨ ਦਾ ਸੋਚ ਸਕਦੇ ਹੋ ਕਿਸੇ ਨਾਲ? ਐਸਾ ਹੈ ਕਿ
अलायंस अलायंस के अंदर सानू पिछली बारी 5% वोटा मिलिया सी। जे केवल मैं 77 सीटा की गल करा तो सानू 10% तो उपर वोट मिले जिते बीजेपी सिंबल ते लड़ी है। जे उन्हूं असी कन्वर्ट करते हैं तो 6.6 के अंदर मिले, 117 के अंदर उन्होंने कन्वर्ट करिए। तो और यह मैनू लगता है कि पार्टी ने दे वोट प्रतिशत के अंदर परिवर्तन आया और वो बढ़िया, लेकिन वो इतना नहीं सी कि जड़ा विकल्प के रूप से सानू रखता। अपां पंजाब दे टेंपरामेंट नू समझ के पंजाब दे हित दी गल करांगे, लोकी सानू विकल्प दे रूप से देखेंगे। धन्यवाद, थैंक यू।